ਜ਼ਿਲ੍ਹਾ ਕਪੂਰਥਲਾ ਦੇ ਫਗਵਾੜਾ ਸ਼ਹਿਰ ਨਾਲ ਚੋਰਾਂ ਅਤੇ ਲੁਟੇਰਿਆਂ ਦਾ ਸਾਲ 2020 ਦੀ ਸ਼ੁਰੂਆਤ ਦੇ ਨਾਲ ਹੀ ਪਿਆ ਪਿਆਰ ਘੱਟ ਨਹੀਂ ਹੋ ਰਿਹਾ ਹੈ ਤੇ ਦਿਨ ਪਰ ਦਿਨ ਵੱਧਦਾ ਹੀ ਜਾ ਰਿਹਾ ਹੈ। ਇੰਨਾ ਹੀ ਨਹੀਂ, ਫਗਵਾੜਾ ਸ਼ਹਿਰ ਨਾਲ ਪਿਆਰ ਵੀ ਇਹਨਾਂ ਲੁਟੇਰਿਆਂ ਦਾ ਇੰਨਾ ਕੁ ਪੈ ਗਿਆ ਕਿ ਦਿਨ ਦਿਹਾੜੇ ਵੀ ਸ਼ਰੇਆਮ ਵਾਰਦਾਤ ਨੂੰ ਅੰਜਾਮ ਦੇ ਕੇ ਲੁਟੇਰੇ ਫਰਾਰ ਹੋ ਜਾਂਦੇ ਹਨ। ਇਹਾ ਹੀ ਇੱਕ ਤਾਜ਼ਾ ਮਾਮਲਾ ਹੋਰ ਸਾਹਮਣੇ ਆਇਆ ਜੋ ਕਿ ਸ਼ਹਿਰ ਦੇ ਪੌਸ਼ ਇਲਾਕੇ ਹਰਗੋਬਿੰਦ ਨਗਰ ਦਾ ਹੈ, ਜਿੱਥੇ ਕਿ ਇੱਕ ਮਹਿਲਾ ਘਰ ਦੇ ਬਾਹਰ ਖੜੀ ਸੀ ਤਾਂ ਇਸ ਦੌਰਾਨ ਇੱਕ ਚਿੱਟੇ ਰੰਗ ਦੀ ਕਾਰ ਆਈ ਤੇ ਉਸ ਮਹਿਲਾ ਨੂੰ ਕਾਰ ਸਵਾਰ ਵਿਅਕਤੀ ਪਿੱਛੇ ਬੈਠੀ ਮਹਿਲਾ ਨੂੰ ਮਿਲਣ ਦਾ ਕਹਿਣ ਲੱਗੇ। ਬਸ ਫਿਰ ਕੀ ਸੀ, ਮੇਲ ਮਿਲਾਪ ਦੇ ਇਸ ਘਟਨਾ ਦੇ ਨਾਲ ਹੀ ਉਹ ਕਾਰ ਸਵਾਰ ਲੁਟੇਰੇ ਮਹਿਲਾ ਦੇ ਹੱਥ ਵਿੱਚੋਂ ਸੋਨੇ ਦੀ ਵੰਗ ਉਤਾਰ ਕੇ ਮੌਕੇ ਤੋਂ ਫਰਾਰ ਹੋ ਗਏ। ਪੂਰੀ ਯੋਜਨਾ ਨਾਲ ਕੀਤੀ ਗਈ ਇਹ ਲੁੱਟ ਦੀ ਸਾਰੀ ਵਾਰਦਾਤ ਨੇੜੇ ਹੀ ਲੱਗੇ ਇੱਕ CCTV ਕੈਮਰੇ ਵਿੱਚ ਵੀ ਕੈਦ ਹੋ ਗਈ। ਪਰ ਹੁਣ ਦੇਖਣਾ ਇਹ ਹੋਵੇਗਾ ਕਿ CCTV ਵਿੱਚ ਕੈਦ ਹੋਈ ਇਸ ਘਟਨਾ ਨੂੰ ਪੁਲਿਸ ਹੱਲ ਕਰ ਵੀ ਪਾਊਗੀ ਜਾਂ ਫਿਰ ਹਰ ਵਾਰ ਦੀ ਤਰ੍ਹਾਂ ਇਹ ਵੀਡੀਓ ਬਸ CCTV ਵੀਡੀਓ ਹੀ ਬਣ ਕੇ ਰਹਿ ਜਾਊਗੀ। ਫਗਵਾੜਾ ਤੋਂ ਹਲਚਲ ਟੁਡੇ ਲਈ ਬਿਊਰੋ ਰਿਪੋਰਟ।